ਪੰਜਾਬ ਵਿੱਚ ਮੂੜ ਵਿਗੜ ਸਕਦੇ ਹਨ ਹਾਲਾਤ ਮੂੜਾ ਸਕਦਾ ਪੰਜਾਬ ਦੇ ਵਿੱਚ ਹੜ੍ਹ ਪੌਂਗ ਡੰਟੇ ਪਖੜ ਡੰਟੋਂ 55000 ਕਿਉਸਕ ਪਾਣੀ ਛੱਡਣ ਦਾ ਹੋਇਆ ਇਲਾਕਾ ਸਿਸ਼ਕਾ ਜੀ ਮੈਂ ਹਾ ਕੋਮਲ ਕਪੂਰ ਤੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਹੋ ਰੇ ਭਾਰੀ ਮੀਂਹ ਦੇ ਕਾਰਨ ਮੌਜੂਦਾ ਅਤੇ ਆਉਣ ਵਾਲੇ ਹਾਲਾਤਾਂ ਦੀ ਜੀ ਹਾਂ ਜਿੱਥੇ ਭਾਰੀ ਮੀਂਹ ਦੇ ਚਲਤੇ ਪੰਜਾਬ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਦੇਖਣ ਨੂੰ ਮਿਲ ਰਹੇ ਨੇ ਤਾਂ ਹੁਣ ਇਸ ਵਿੱਚਕਾਰ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਹੋਰ ਵੱਧ ਗਿਆ ਤੇ ਨਾਲ ਕਿਹਾ ਜਾ ਰਿਹਾ ਕਿ ਅਗਲੇ 48 ਘੰਟੇ ਪੰਜਾਬ ਅਤੇ ਪੰਜਾਬ ਭਲ ਦੇ ਲਈ ਬਹੁਤ ਹੀ ਮੁਸ਼ਕਿਲ ਪਰੇ ਹੋਣ ਵਾਲੇ ਨੇ ਕਿਉਂਕਿ ਪੰਜਾਬ ਵਾਸੀਆਂ ਨੂੰ ਮੁੜ ਤੋਂ ਇੱਕ ਵਾਰ ਫਿਰ ਹੜ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਵੱਖ-ਵੱਖ ਸ਼ਹਿਰਾਂ ਤੇ ਲੋਕ ਪਹਿਲਾਂ ਹੀ ਹੜਾ ਨ ਕਰਨ ਜ਼ਿੰਦਗੀ ਤੇ ਮੌਸਮ ਦੇ ਵਿੱਚ ਜੂਝ ਰਹੇ ਸਨ ਪਰ ਹੁਣ ਜਿਹੜਾ ਪ੍ਰਸ਼ਾਸਨ ਤੇ ਮੌਸਮ ਵਿਭਾਗ ਦੇ ਵੱਲੋਂ ਨਵਾਂ ਅਲਰਟ ਜਾਰੀ ਹੋਇਆ ਉਸੇ ਚਲਦਿਆ ਪੰਜਾਬ 'ਆ ਲੋਕਾਂ ਦੀ ਚਿੰਤਾ ਵੱਧ ਸਕਦੀ ਹੈ ਜੀ ਹਾਂ ਸੁੱਬੇ ਦੇ ਦੇ ਵਿੱਚ ਅੱਜ ਤੇ ਕੱਲ ਯਾਨੀ ਵੀਰਵਾਰ ਨੂੰ ਬਿਆਸ ਤੇ ਸਤਲੁਜ ਜੀ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਾਧ ਸਕਦਾ ਹੈ ਦਰਅਸਲ ਪਾਖੜਾ ਡੈਮ ਪ੍ਰਬੰਧਨ ਨੇ ਪੌਂਗ ਡੈਮ ਅਤੇ ਪਾਖੜਾ ਡੈਮ ਤੋਂ ਅਗਲੇ 2 ਦਿਨਾਂ ਤੱਕ ਲਗਭਗ 55000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ ਜਿਸ ਕਾਰਨ ਬਿਆਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਜੇ ਕੋਈ ਚਿੰਤਾ ਦੀ ਸਥਿਤੀ ਤਾਂ ਨਹੀਂ ਹੈ ਪਰ ਸਤਲੁਜ ਦੇ ਵਿੱਚ ਪਾਣੀ ਛੱਡਣ ਦੇ ਨਾਲ ਨੀਵੇਂ ਇਲਾਕਿਆਂ ਦੇ ਵਿੱਚ ਸਮੱਸਿਆ ਆ ਸਕਦੀ ਹੈ ਉਧਰ ਹੀ ਮੌਸਮ ਵਿਭਾਗ ਨੇ ਅੱਜ ਪੱਛਮੀ ਮਾਲਵੇ ਦੇ ਵਿੱਚ ਆਮ ਮੀਂਹ ਤੇ ਵਿਰਵਾਨ ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਆਮ ਨਾਲੋਂ ਵੱਧ ਬਾਰਿਸ਼ ਹੁੰਦੀ ਹੈ ਤਾਂ ਪਛਮੀ ਹਿਮਾਲੇ ਦੇ ਵਿੱਚ ਸਮੱਸਿਆng ਪੀਰ ਹੋ ਸਕਦੀ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਪੋਂਗ ਡੈਮ ਤੋਂ ਅੱਜ ਸਵੇਰੇ 20000 ਕਿਊਸਕ ਤੇ ਪਾਖੜਾ ਡੈਮ ਤੋਂ ਵਿਰਵਾਨ ਨੂੰ ਸਵੇਰੇ 10 ਵਜੇ 35000 ਕਿਊਸਕ ਪਾਣੀ ਛੱਡਿਆ ਜਾਵੇਗਾ ਹਾਲਾਂਕਿ ਪੋਂਗ ਡੈਮ ਤੋਂ ਸ਼ਾਮ ਨੈਰ ਬੈਰਾਜ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਤੇ ਇਸ ਦੇ ਵਿੱਚ ਵੱਧ ਤੋਂ ਵੱਧ ਪਾਣੀ ਵਹਾਉਣ ਦੀ ਸਮਰੱਥਾ 11500 ਉਸ ਸੇਖ ਹੈ ਪਰ ਇਸ ਦੇ ਵਿੱਚ 8500 ਕਿਉਸਿਕ ਵਾਧੂ ਪਾਣੀ ਛੱਡਿਆ ਜਾਵੇਗਾ ਇਸ ਤੋਂ ਬਾਅਦ ਸ਼ਾਨੇਰ ਵਿਰਾਸ ਟੈਂਕ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ ਹਾਲਾਂਕਿ ਕਪਰੌਂ ਦੀ ਕੋਈ ਲੋੜ ਨਹੀਂ ਹੈ ਪਰ ਬਿਆਸ ਦੇ ਵਿੱਚ ਹਜੇ ਵੀ 80000 ਕਿਉਸਿਕ ਪਾਣੀ ਦੀ ਸਮਰਥਾ ਹੈ ਪਰ ਇਸ ਦੇ ਬਾਵਜੂਦ ਵੀ ਸੰਬੰਧਤ ਥਾਮਾ ਉੱਤੇ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ ਮੁਰਤੋ ਇੱਕ ਵਾਰ ਫੇਰ ਦੱਸਿਏ ਕਿ ਪਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 35000 ਕਿਊਸੇਕ ਪਾਣੀ ਛੱਡਿਆ ਜਾ ਰਿਹਾ ਤੇ ਵੀਰਵਾਨੂ ਡੈਮ ਤੋਂ ਸਤਲੁਜ ਦੇ ਵਿੱਚ ਪਾਣੀ ਦਾ ਵਹਾਅ ਵੱਧੇਗਾ ਇਸੇ ਚੱਲਦਿਆਂ ਪਾਖੜਾ ਤੋਂ ਨਹੀਂ 10000 ਕਿਊਸੇਕ ਪਾਣੀ ਛੱਡਿਆ ਜਾ ਰਿਹਾ ਤੇ ਸਥਿਤੀ ਨੂੰ ਦੇਖਦੇ ਹੋਏ ਇੱਥੇ 16000 ਕਿਊਸੇਕ ਵਾਧੂ ਪਾਣੀ ਛੱਡਿਆ ਜਾਵੇਗਾ ਤੇ ਪਾਖੜਾ ਮੈਨੇਜਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਨੰਕਰ ਡੈਮ ਤੋਂ ਹੇਠਾ ਵਲ ਪਾਣੀ ਛਟਣਾ ਪਵੇਗਾ ਜਿਥੇ ਚਾਰ ਦਿਨਾਂ ਤੇ ਭਾਰੀ ਮੀਂਹ ਤੋਂ ਬਾਅਦ ਲੋਕਾਂ ਨੂੰ ਥੋੜੀ ਰਾਹਤ ਦੇਖਣ ਨੂੰ ਮਿਲੀ ਸੀ ਤਾਂ ਉੱਥ ਚਲਦੇ ਆ ਲੋਕਾਂ ਨੂੰ ਇੱਕ ਵਾਰ ਫੇਰ ਜਿਹੜਾ ਮੇ ਦਾ ਸਾਹਮਣਾ ਕਰਨਾ ਪਏਗਾ ਇਸ ਦੇ ਨਾਲ ਹੀ ਹੜਤਾਂ ਵੀ ਸਾਹਮਣਾ ਕਰਨਾ ਪੈ ਸਕਦਾ ਹੈ